ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੈਂ ਡਾਕਟਰ ਚੰਪੀ ਸਿੰਘ ਖੇਤੀਬਾੜੀ ਤੇ ਇੱਕ ਸਨਪਲਾਈ ਭਾਗ ਪੰਜਾਬ ਆਪਣੇ YouTube ਚੈਨਲ ਫਾਰਮਿੰਗ ਟਿਪਸ ਬਾਈ ਚੰਪੀ ਸਿੰਘ ਦੇ ਵਿੱਚ ਆਪਦਾ ਹਾਰਦਿਕ ਸਵਾਗਤ ਕਰਦਾ ਤੇ ਕਿਸਾਨ ਵੀਰੋ ਅੱਪਾਂ ਅੱਜ ਗੱਲ ਕਰਾਂਗੇ ਵੀ ਕਣਕ ਦੀਆਂ ਜਿਹੜੀਆਂ ਕਿ ਇਸ ਟਾਈਮ ਜਿਹੜੀਆਂ ਟੌਪ 5 ਜਿਹੜੀਆਂ ਕਿਸਮਾਂ ਪਹਿਲੇ ਪੰਜਾਂ ਤੇ ਜਿਹੜੀਆਂ ਚੱਲ ਰਹੀਆਂ ਕਿਸਾਨ ਵੀਰੋ ਤੇ ਕਿਸਾਨਾਂ ਵੱਲੋਂ ਉਹਨਾਂ ਦੀ ਹੀ ਜਿਹੜੀ ਹੈਗੀ ਹੈ ਮਾਰਕੀਟ 'ਚ ਡਿਮਾਂਡ ਪੂਰੀ ਕੀਤੀ ਜਾ ਰਹੀ ਹੈ ਤੇ ਕਈ ਕਿਸਾਨ ਵੀਰਾਂ ਨੂੰ ਜਿਹੜਾ ਹੈਗਾ ਉਹਦੇ ਕਰਕੇ ਜਿਹੜਾ ਸਬਸਿਡੀ ਵਾਲਾ ਬੀਜ ਲੈਣ ਚ ਵੀ ਪ੍ਰੋਬਲਮ ਆ ਰਹੀ ਹੈ ਕਿਉਂਕਿ ਜਿਹੜੀਆਂ ਇਹਨਾਂ ਕਿਸਮਾਂ ਜਿਹੜੀਆਂ ਹੈਗੀਆਂ ਪਿੱਛੋਂ ਸਪਲਾਈ ਵੀ ਥੋੜੀ ਹੈ ਕੱਢੀਏ ਕਿਸਾਨ ਵੀਰੋ ਜਿਹੜੀ ਇਹ ਸਬਸਿਡੀ ਵਾਲੇ ਬੀਜ ਦੀ ਜਿਹਦੇ ਕਰਕੇ ਮੇਰੇ ਕਿਸਾਨ ਵੀਰਾਂ ਨੂੰ ਪ੍ਰੋਬਲਮ ਆ ਰਹੀ ਹੈ ਤੇ ਅੱਜ ਆਪਾਂ ਗੱਲ ਕਰਾਂਗੇ ਕਿਸਾਨ ਵੀਰੋ ਵੀ ਕਿਹੜੀਆਂ ਜੜੀਆਂ ਹੈਗੀਆਂ ਵੈਰਾਈਟੀਆਂ ਜਿਹੜੀਆਂ ਪਿਛਲੇ ਸਾਲ ਕੈਲੀਏ ਆਪਾਂ ਪੂਰੀਆਂ ਵਧੀਆ ਰਹੀਆਂ ਜਿਹਦੇ ਕਰਕੇ ਆਪਾਂ ਨੂੰ ਹੁਣ ਜਿਹੜੀਆਂ ਹੈਗੀਆਂ ਕਿਸਾਨਾਂ ਵੱਲੋਂ ਪੁਰਜ਼ੋਰ ਮੰਗ ਕੀਤੀ ਜਾ ਰਹੀ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਕਿਸਾਨ ਵੀਰੋ ਪਹਿਲੇ ਨੰਬਰ ਤੇ ਜਿਹੜੀ ਹੈਗੀ ਆ 303 ਵੈਰਾਈਟੀ ਜਿਹੜਾ ਝਾੜ ਹੈਗਾ ਸੀਗਾ ਕਿਸਾਨ ਵੀਰੋ ਜਿਹੜਾ ਆਪਣਾ 32.48 ਕੁਇੰਟਲ ਤੇ ਜਿਹੜੀ ਹੈ 156 ਦਿਨ ਹੈਗੀ ਆ ਪੱਕਣ ਨੂੰ ਲੈਂਦੀ ਹੈ ਕਿਸਾਨ ਵੀਰੋ ਤੇ ਇਹਦਾ ਜਿਹੜਾ ਕੱਦ ਹੈ 101 ਸੈਂਟੀਮੀਟਰ ਹੈਗਾ ਕਿਸਾਨ ਵੀਰੋ ਇਹ ਥੋੜੀ ਜਿਹੜੀ ਹੈ ਉਦੋਂ ਬਾਅਦ ਚ ਆ ਜਾਂਦੀ ਹੈਗੀ ਆਪਣੀ DBW 187 ਜਿਹੜੀ 303 ਆ ਇਹ ਵੀ ਕਿਸਾਨ ਵੀਰੋ ਕਰਨਾਲ ਦੀ ਹੈਗੀ ਆ DBW 303 ਤੇ ਅੱਗੇ ਅਗਲੇ ਨੰਬਰ ਤੇ ਹੁੰਦੀ ਹੈ ਜਿਹੜੀ DBW 187 ਕਿਸਾਨ ਵੀਰੋ ਇਹਦਾ ਜਿਹੜਾ ਕੱਦਾ ਹੈਗਾ ਲੰਮਾ ਹੈਗਾ 104 ਸੈਂਟੀਮੀਟਰ ਜਿਹੜਾ ਇਹਦਾ ਕੱਦ ਹੈਗਾ ਕਿਸਾਨ ਵੀਰੋ ਤੇ ਜਿਹੜਾ ਇਹਦਾ ਝਾੜ ਹੈਗਾ 24.72 ਕੁਇੰਟਲ ਜਿਹੜਾ ਹੈਗਾ ਦੱਸਿਆ ਗਿਆ ਤੇ 153 ਦਿਨ ਜਿਹੜੀ ਪੱਕਣ ਚ ਰਹਿੰਦੀ ਹੈ ਤੇ ਕਿਸਾਨ ਵੀਰੋ ਇਹਦਾ ਜਿਹੜਾ ਹੈਗਾ ਤਨਾਮ ਮਜਬੂਤ ਹੁੰਦਾ ਤੇ ਇਹ ਜਿਹੜਾ ਹੈਗਾ ਫਟਾਰਾ ਵੀ ਜਿਹੜਾ ਵਧੀਆ ਚੱਕਦੀ ਏ ਤੇ ਪੀਲੀ ਕੁੰਗੀ ਤੇ ਪੂਰੀ ਕੁੰਗੀ ਨੂੰ ਸਹਨ ਦੀ ਜਿਹੜੀ ਹੈਗੀ ਇਹ ਸ਼ਕਤੀ ਕਿਸਾਨ ਵੀਰੋ ਰੱਖਦੀ ਏ ਇਹ ਤੇ ਅੱਗੇ ਆਪਾਂ ਆ ਜੀਏ ਡੀਬੀਡਬਲ 222 ਜਿਹੜੀ ਹੈਗੀ ਇਹ ਤੀਜੇ ਨੰਬਰ ਤੇ ਜਿਹਦਾ ਝਾੜ ਹੈਗਾ 24.52 ਜਿਹੜਾ ਕੁਇੰਟਲ ਜਿਹੜਾ ਹੈਗਾ ਝਾੜ ਹੈ ਕਿਸਾਨ ਵੀਰੋ ਤੇ ਹਾਈਟ ਇਹਦੀ 103 ਸੈਂਟੀਮੀਟਰ ਤੇ ਪੱਕਣ ਨੂੰ 152 ਦਿਨ ਲੈਂਦੀ ਏ ਤੇ ਕਿਸਾਨ ਵੀਰੋ ਇਹ ਦੀ ਜਿਹੜੀ ਹੈਗੀ ਹੈ ਬੱਲੀ ਵੱਡੀ ਹੈ ਪਰ ਜਿਹੜੀ ਬੱਲੀ ਦੀ ਮੱਕੀ ਦੇ ਸਨ ਵਿਰਲ ਹੈਗੀ ਹੈ ਉਹ ਥੋੜੀ ਜੀ ਜਾੜਾ ਤੇ ਇਹਦੇ ਜਿਹੜੀ ਹੈਗੀ ਹੈ ਦਾਣੇ ਆ ਮਧਰੇ ਆ ਲੰਬਾਈ ਘੱਟ ਹੈ ਤੇ ਗਲਾਈ 'ਚ ਜਿਹੜਾ ਦਾਣਾ ਇਹਦਾ ਕਿਸਾਨ ਵੀਰੋ ਤੇ ਝਾੜ ਇਹਦਾ ਵਧੀਆ ਹੈਗਾ 24.52 ਕੁਇੰਟਲ ਜਿਹੜਾ ਹੈਗਾ ਇਹਦਾ ਝਾੜ ਹੈਗਾ ਮਾਲਵੇ ਏਰੀਏ 'ਚ ਜਿਹੜੀ ਹੈਗੀ ਆਪਾਂ ਖੇ ਲਈਏ 222 ਤੇ 100 ਇਹਨਾਂ ਤਿੰਨਾਂ ਵੈਰਾਈਟੀਆਂ ਦੀ ਕਾਫੀ ਜ਼ਿਆਦਾ ਡਿਮਾਂਡ ਹੈਗੀ ਹੈ 303 ਤੇ 187 ਦੀ ਕਿਸਾਨ ਵੀਰੋ ਇਹਨਾਂ ਤਿੰਨਾਂ ਵੈਰੈਟੀਆਂ ਬਾਰੇ ਮੈਂ ਦੱਸਣਾ ਚਾਹੂੰਗਾ ਸਭ ਕੁਛ ਹੀ ਵੈਰੈਟੀਆਂ ਠੀਕ ਐ ਝਾੜ ਚੂੜ ਪਰੇ ਝਾੜ ਦਾ ਜ਼ਿਕਰ ਤੁਸੀਂ ਪੂਰਾ ਵਧੀਆ ਲੈਣਾ ਚਾਹੁੰਦੇ ਹੋ ਲਾਭ ਤਾਂ ਉਹ ਤਾਂ ਹੀ ਮਿਲੂ ਕਿਸਾਨ ਵੀਰੋ ਇਹਦੇ ਚ ਆਪਾਂ ਨੂੰ ਜਿਹੜੀ ਹੈਗੀਆਂ ਦੋ ਸਪਰੇ ਹਾਂ ਕਰਨੀਆਂ ਪੈਣੀਆਂ ਇੱਕ ਤਾਂ ਲੀਹੋਸਨ ਦੇ ਨਾਂ ਤੇ ਹੁੰਦੀ ਐ ਕਲੋਰਮੈਕਵੈਟ ਕਲਰਾਇਡ ਜਿੰਨੂੰ ਕਹਿੰਦੇ ਐ ਤੇ 0.2% ਉਹ ਤੇ ਨਾਲ ਇਹਦੇ ਚ 0.1% ਜਿਹੜੀ ਹੈਗੀ ਐ ਟੈਬੂਕੋਨਾਜ਼ੋਲ ਜਿਹੜੀ ਹੈਗੀ ਐ ਕਿਸਾਨ ਵੀਰੋ ਆਪਾਂ ਕਰਨੀ ਐ ਕਿਉਂਕਿ ਇਹਨਾਂ ਦੀਆਂ ਜਿਹੜੀਆਂ ਹਾਈਟ ਹੈਗੀ ਆ ਕਿਸਾਨ ਵੀਰੋ ਵੱਧਾ ਜਿਹਦੇ ਕਰਕੇ ਹੇਟ ਹੈ ਜਾਂਦੀ ਹੈ ਜਾਂ ਕਿਹੜੀ ਡਿੱਗ ਜਾਂਦੀ ਹੈਗੀ ਇਹ ਵੈਰਾਈਟੀ ਵੈਰਾਈਟੀਆਂ ਤੇ ਇਹ ਡਿੱਗਣ ਤੋਂ ਇਹਨੂੰ ਬਚਾਉਣ ਲਈ ਤੇ ਫਟਾਰਾ ਚਕਾਉਣ ਲਈ ਆਪਾਂ ਲੀਹੋਸੈਂਥ ਤੇ ਟੈਬੂਕੋਨਾਜ਼ੋਲ ਦੀ ਜਿਹੜੀ ਹੈਗੀ ਇਹ ਸਪਰੇਅ ਕਰਨੀ ਹੈ ਪਹਿਲੀ ਸਪਰੇਅ ਕਰਨੀ ਹੈ ਕਿਸਾਨ ਵੀਰੋ ਪਹਿਲੀ ਜਦੋਂ ਹੈਗੀ ਹੈ ਗੰਡ ਪੈਣੀ ਹੈ ਤੇ ਦੂਜੀ ਜਿਹੜੀ ਹੈਗੀ ਹੈ ਕਿਸਾਨ ਵੀਰੋ ਆਪਾਂ ਪਹਿਲੇ ਝੰਡਾ ਪੱਤਾ ਨਿਕਲਦੇ ਵੇਲੇ ਕਰਨੀ ਹੈ ਤੇ ਜਾਂ ਆਪਾਂ ਕਹਿ ਸਕਦੇ ਆ ਕਿ 35 ਤੋਂ 40 ਦਿਨ ਤੇ 75 ਦਿਨ ਤੇ ਆਪਾਂ ਜਿਹੜੀਆਂ ਹੈਗੀਆਂ ਇਹ ਦੋ ਸਪਰੇਇਆਂ ਕਰਨੀਆਂ ਕਿਸਾਨ ਵੀਰੋ ਇਹ ਨਾਲ ਕੀ ਹੋਊਗਾ ਇਹਨਾਂ ਦਾ ਜਿਹੜਾ ਵੱਧ ਕਦ ਵੱਧਾ ਉਹ ਜਿਹੜਾ ਰੁਕ ਜਾਊ ਕਿਸਾਨ ਵੀਰੋ ਤੇ ਜਿਹਦੇ ਕਰਕੇ ਇਹਦਾ ਸੈੱਡਾਂ ਤੋਂ ਫਟਾਰਾ ਚੱਕ ਲੂ ਤੇ ਜਿਹੜਾ ਆਪਾਂ ਨੂੰ ਵਧੀਆ ਝਾੜ ਮਿਲ ਜੂਗਾ ਜੇਕਰ ਆਪਾਂ ਕਿਸਾਨ ਵੀਰੋ ਇਹਦੇ ਚ ਜਿਹੜੀ ਹੈ 6 ਟਨ ਰੂੜੀ ਦੀ ਖਾਦ ਦੇਣਾ ਵੈਰਾਈਟੀਆਂ ਚ ਪਾੰਨੇ ਆ ਤਾਂ ਆਪਾਂ ਇਹਨਾਂ ਤਿੰਨਾਂ ਵੈਰਾਈਟੀਆਂ ਦਾ ਬਹੁਤ ਸੋਹਣਾ ਝਾੜ ਜਿਹੜਾ ਹੈਗਾ ਪੋਟੈਂਸ਼ੀਅਲ ਜੀ ਜਿਹਨੂੰ ਕਹ ਲਈਏ ਅਚੀਵ ਆਪਾਂ ਕਰ ਸਕਦੇ ਆਂ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿਸਾਨ ਵੀਰੋ 826 ਵੈਰਾਈਟੀ ਦੀ ਜਿਹਦਾ ਕੇ ਝਾੜ ਯੂਨੀਵਰਸਿਟੀ ਵੱਲੋਂ 24 ਕੁਆਂਟਲਿਆਂ 60 ਮਣ ਕਹਿ ਲਈਏ ਦੱਸਿਆ ਗਿਆ ਤੇ ਇਹਦਾ ਕਿਸਾਨ ਵੀਰੋ ਇਸ ਵਾਰ ਜਿਹੜੀ ਹੈ ਬੀਜ ਦੀ ਛੋਟੀ ਸੀ ਜਿਹੜਾ ਕੇਵੀਕੇ ਜਾਂ ਕ੍ਰੀਬੀ ਖੇਤੀਬਾੜੀ ਗਿਆਨ ਕੇਂਦਰ ਕਹਿ ਲਈਏ ਜਾਂ ਪੀਏਯੂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਜਿਹੜੇ ਮੇਲਿਆਂ ਤੇ ਹੈਗਾ ਇਹ ਕਿਸਾਨ ਵੀਰੋ ਜਿਹੜਾ ਹੈਗਾ 2-2 ਕਿਲੋ ਦੀ ਪੈਕਿੰਗ ਦਿੱਤੀ ਗਈ ਹੈ ਤਾਂ ਕਿ ਜਿਹੜੇ ਹੈ ਕਿਸਾਨ ਵੀਰ ਆਪ ਦਾ ਜਿਹੜਾ ਬੀਜ ਬਣਾ ਲੈਣ ਅੱਗੇ ਤੋਂ ਤੇ ਇਹ ਕਿਸਮ ਕਿਸਾਨ ਵੀਰ ਨੂੰ ਦੱਸੀ ਜਾਂਦੀ ਹੈ ਬਹੁਤ ਵਧੀਆ ਜਿਹੜੇ ਇਹਦੇ ਦਾਣੇ ਆ ਤੁਹਾਨੂੰ ਆਡੀ ਮੰਡੀ ਚ ਪਏ ਦਿਸ ਗਿਆਣਗੇ ਇਹਦੇ ਦਾਣੇ ਆ ਜਿਹੜੇ ਮੋٹے ਤੇ ਚਮਕੀਲੇ ਆ ਕੱਦੇ ਦਾ ਕਿਸਾਨ ਵੀਰ ਉਹ ਦਰਮਿਆਨਾ ਵੀ 100 ਸੈਂਟੀਮੀਟਰ ਜਿਹੜਾ ਇਹਦਾ ਕੱਦ ਆ ਤੇ ਝਾੜ ਕਿਸਾਨ ਵੀਰ ਜੇ ਆਪਾਂ ਝਾੜ ਦੀ ਗੱਲ ਕਰੀਏ ਤਾਂ ਝਾੜੇ ਦਾ 24 ਕੁਇੰਟਲ ਹੈਗਾ ਤੇ ਇਹ ਜਿਹੜੀ ਹੈਗੀ ਹੈ ਪੂਰੀ ਕੁੰਗੀ ਤੇ ਪੀਲੀ ਕੁੰਗੀ ਨੂੰ ਜਿਹੜੀ ਹੈਗੀ ਹੈ ਸੈਨ ਦੀ ਜਿਹੜੀ ਹੈ ਸ਼ਕਤੀ ਰੱਖਦੀ ਹੈ ਕਿਸਾਨ ਵੀਰੋ ਤੇ ਅਗਲੀ ਵੈਰਾਈਟੀ ਦੀ ਆਪਾਂ ਗੱਲ ਕਰਾਂਗੇ ਤਾਂ ਕਿਸਾਨ ਵੀਰੋ ਆ ਜਾਂਦੀ ਹੈ ਪੀਬੀਡਬਲਯੂ 766 ਇਹਨੂੰ ਕਿਸਾਨ ਵੀਰੋ ਸੁਨਹਿਰੀ ਦੇ ਨਾਂ ਤੇ ਵੀ ਜਾਣਿਆ ਜਾਂਦਾ ਹੈ ਇਹ ਵੀ ਜੇਕਰ ਮੰਡੀ ਚ ਦੀ ਢੇਰੀ ਪਈ ਹੋਵੇ ਸਾਨੂੰ ਅਲੱਗ ਤੋਂ ਹੀ ਇਹ ਦਿਸੂਗੀ ਇਹਨੇ ਵਧੀਆ ਚਮਕੀਲੇ ਦਾਣੇ ਹੁੰਦੇ ਆ ਇਹ ਜਿਹੜੀ ਹੈਗੀ ਇਹ ਵੈਰਾਈਟੀ ਅਲੱਗ ਹੀ ਪਛਾਣੀ ਜਾਂਦੀ ਹੈ ਇਹਦਾ ਕੱਦ ਤਾਂ ਕਿਸਾਨ ਵੀਰੋ 106 ਸੈਂਟੀਮੀਟਰ ਹੈਗਾ ਪਰੰਤੂ ਇਹਦੇ ਚ ਜਿਹੜੀ ਹੈ ਲਿਓਸਿੰਨ ਸਪਰੇਅ ਕਰਨ ਦੀ ਲੋੜ ਨਹੀਂ ਹੈਗੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੀ ਇਹ ਕਹਿੰਦੀ ਹੈ ਵੀ ਇਹਦੇ ਵਿੱਚ ਸਪਰੇਅ ਜਿਹੜੀ ਕਰਨ ਦੀ ਆਪਾਂ ਨੂੰ ਲੋੜ ਨਹੀਂ ਹੈਗੀ ਤੇ ਇਹਦਾ ਜਿਹੜਾ ਝਾੜ ਹੈ ਕਿਸਾਨ ਵੀਰੋ 23.1 ਕੁਇੰਟਲ ਐ 155 ਦਿਨ ਪੱਕਣ ਤੇ ਲੈਂਦੀ ਹੈ ਤੇ ਸਭ ਤੋਂ ਵਧੀਆ ਗੱਲ ਹੈ ਕਿਸਾਨ ਵੀਰੋ ਐਡੀ ਜਿਹੜੀ ਹੈਗੀ ਆ ਕੱਦ ਹੋਣ ਦੇ ਬਾਵਜੂਦ ਇਹ ਜਿਹੜੀ ਵੈਰੈਟੀ ਹੈ ਢੈਂਦੀ ਨਹੀਂ ਕਹਿ ਲਈਏ ਵੀ ਇਹ ਡਿੱਗਦੀ ਨਹੀਂ ਹੈਗੀ ਇਹਦਾ ਜਿਹੜਾ ਤਣਾ ਹੈਗਾ ਕਿਸਾਨ ਵੀਰੋ ਮੋਟਾ ਹੁੰਦਾ ਹੈ ਗੇੜੀ ਸਭ ਤੋਂ ਵਧੀਆ ਕਿਸਾਨ ਵੀਰੋ ਇਹਦੇ ਚ ਗੱਲ ਰਹੀ ਹੈ ਪਿਛਲੀ ਵਾਰ ਸਾਰੀਆਂ ਕਣਕਾਂ ਦੇ ਜਿਹੜੇ ਹੈ ਆਪਾਂ ਨੂੰ ਪਤਾ ਹੈ ਝਾੜ ਘਟ ਗਏ ਸੀ ਕਿਉਂਕਿ ਜਿਹੜਾ ਹੈਗਾ ਟੈਂਪਰੇਚਰ ਵਧਣ ਕਰਕੇ ਕਿਸਾਨ ਵੀਰੋ ਜਿਹੜਾ ਹੈਗਾ ਦੁੱਧਾ ਜਿਹੜਾ ਹੈਗਾ ਸਹੀ ਨਹੀਂ ਪਿਆ ਸੀ ਦਾਣੇ ਚ ਜਿਹੜੇ ਆ ਦਾਣੇ ਵੀ ਉਹ ਪਚਕ ਗਏ ਸੀਗੇ ਕੁਆਲਿਟੀ ਸਹੀ ਨਹੀਂ ਬਣੀ ਜੀ ਤੇ ਕਿਉਂਕਿ ਤਾਪਮਾਨ ਵਧਣ ਕਰਕੇ ਜਿਹੜਾ ਇਹ ਸਾਰਾ ਕੁਝ ਵਾਪਰਿਆ ਸੀ ਪਰੰਤੂ ਜਿਹੜੀ ਆ ਵੈਰੈਟੀ ਦੀ ਮੈਂ ਗੱਲ ਕਰ ਰਿਹਾ 766 ਦੀ ਇਹ ਕਿਸਾਨ ਵੀਰੋ ਇੱਕ ਨੰਬਰ ਤੇ ਰਹੀ ਸੀ ਇਹਦੇ ਤੇ ਜਿਹੜਾ ਟੈਂਪਰੇਚਰ ਦਾ ਜਾਂ ਕਹ ਲਈਏ ਤਾਪਮਾਨ ਦਾ ਕੋਈ ਇਫੈਕਟ ਨਹੀਂ ਪਿਆ ਸੀ ਇਹ ਵੱਧ ਤਾਪਮਾਨ ਦੇ ਹੁੰਦੇ ਹੋਏ ਵੀ ਇਹਦੀ ਕੁਆਲਿਟੀ ਵਧੀਆ ਰਹੀ ਤੇ ਕਿਸਾਨ ਵੀਰੋ ਇੰਨੇ ਜਿਹੜੇ ਜ਼ਿਮੀਦਾਰਾਂ ਨੇ ਬੀਜੀ ਸੀ ਉਹਨਾਂ ਨੂੰ ਝਾੜ ਵੀ ਵਧੀਆ ਦਿੱਤਾ ਕਿਉਂਕਿ ਇਹ ਜਿਹੜੀ ਮੈਂ ਗੱਲ ਕਹਿ ਰਿਹਾ ਕਿਸਾਨ ਵੀਰੋ ਇਹ ਜਿਹੜਾ ਖੇਤੀਬਾੜੀ ਯੂਨੀਵਰਸਿਟੀ ਵੱਲੋਂ 15 ਤੋਂ 16 ਤਾਂ ਤੇ ਜਿਹੜਾ ਸਰਵੇ ਕਰਾਇਆ ਗਿਆ ਸੀਗਾ ਇਸ ਕਣਕ ਦਾ ਤਾਂ ਉਹਦੇ ਚ ਇਹੀ ਪਾਇਆ ਗਿਆ ਵੀ ਇਸ ਵੈਰਾਈਟੀ ਦੇ ਜਿਹੜਾ ਹੈਗਾ ਟੈਂਪਰੇਚਰ ਦਾ ਜਿਹੜਾ ਝਾੜ ਨਹੀਂ ਟੈਂਪਰੇਚਰ ਦਾ ਫਰਕ ਨਹੀਂ ਪਿਆ ਜਿਹਦੇ ਕਰਕੇ ਦਾ ਝਾੜ ਵੀ ਨਹੀਂ ਘਟਿਆ ਤੇ ਇਹ ਜਿਹੜੇ ਦਾਣੇ ਵੀ ਨਹੀਂ ਪਿੱਚ ਕੇ ਸੋ ਇਹ ਕਿਸਾਨ ਵੀਰੋ ਸੀਗੀਆਂ ਜਿਹੜੀਆਂ ਹੁਣ ਅੱਜ ਦੇ ਟਾਈਮ 'ਚ ਜਿਹੜੀਆਂ ਇਹਨਾਂ ਵੈਰਾਈਟੀਆਂ ਦੀ ਫੁੱਲ ਫਲੱਡ ਕਿਹੜੀ ਹੈ ਪੂਰੀ ਪੁਰਜ਼ੋਰ ਆਪਣੇ ਜ਼ਿਮੀਦਾਰਾਂ ਵੱਲੋਂ ਡਿਮਾਂਡ ਕੀਤੀ ਜਾ ਰਹੀ ਹੈ ਤੇ ਇਹ ਵੈਰਾਈਟੀਆਂ ਜਿਹੜੀਆਂ ਹੈਗੀਆਂ ਵਰੀਆਂ ਰਹੀਆਂ ਤੇ ਆਪਾਂ ਅੱਗੇ ਤੋਂ ਵੀ ਜੇ ਜਿਹੜੇ ਮੇਰੇ ਵੀਰ ਇਹ ਵਿਝਣਗੇ ਤੇ ਆਪਾਂ ਇਹਨਾਂ ਦਾ ਬੀਜ ਵੀ ਹੁਣ ਬਣਾ ਕੇ ਰੱਖਾਂਗੇ ਏਸੀ ਮੇਰੀ ਕਿਸਾਨ ਵੀਰ ਵਾਜ ਦੀ ਵੀਡੀਓ ਜੇਕਰ ਚੰਗੀ ਲੱਗੀ ਹੋਈ ਤਾਂ ਕਿਰਪਾ ਕਰਕੇ ਜਰੂਰ ਕਮੈਂਟ ਬਾਕਸ ਚ ਦੱਸਿਓ ਜੇਕਰ ਤੁਹਾਡਾ ਕੋਈ ਥਿਆਰ ਬ ਹੋ ਵੀ ਕਿਰਪਾ ਕਰਕੇ ਜਰੂਰ ਸਾਂਝਾ ਕਰਿਓ ਤੇ ਕਿਰਪਾ ਕਰਕੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ